ਸਤਿ ਸ਼੍ਰੀ ਅਕਾਲ ਦੋਸਤੋ, ਆਪਣਾ ਦੋਸਤ ਰਣਜੀਤ ਸਿੰਘ ਰਿਹਲ, ਵੀਜ਼ਾ ਇਮੀਗ੍ਰੇਸ਼ਨ ਐਂਡ। ਦੋਸਤੋ, ਅੱਜ ਇੱਕ ਹੋਰ ਪਾਸਪੋਰਟ 'ਤੇ ਵੀਜ਼ਾ ਲੱਗ ਕੇ ਆ ਗਿਆ ਹੋਇਆ, ਫਰੈਸ਼ ਪਾਸਪੋਰਟ ਹੈ ਐਂਡ ਕੈਨੇਡਾ ਵੀਜ਼ਾ ਜੋ ਹੈ ਉਹ ਸਟੈਂਪ ਹੋ ਚੁੱਕਾ ਹੈ 2028 ਤੱਕ। ਐਂਡ ਮਿਸਟਰ ਸਿੰਘ ਸਾਹਿਬ ਨੇ ਫਰੋਮ ਲੁਧਿਆਣਾ, ਪ੍ਰੋਫਾਈਲ ਇਜ਼ ਕੁਆਈਟ ਗੁੱਡ ਇਹਨਾਂ ਦੇ ਵਾਈਫ ਕੋਲ, ਆਲਰੇਡੀ ਪਹਿਲਾਂ ਵੀਜ਼ਾ ਸੀਗਾ ਐਂਡ ਉਸ ਤੋਂ ਬਾਅਦ ਉਹ ਗਏ ਨਹੀਂ, ਆਲਮੋਸਟ 6 ਮਹੀਨੇ ਪਾਸ ਆਨ ਹੋ ਚੁੱਕੇ ਸੀਗੇ। ਇਹਨਾਂ ਨੇ ਫਿਰ ਅਪਰੋਚ ਕੀਤੀ ਸਾਨੂੰ ਕਿ ਸਰ ਹੁਣ ਦੁਬਾਰਾ ਕਹਿ ਲਓ ਕਿ ਮੇਰਾ ਵੀਜ਼ਾ ਅਪਲਾਈ ਕਰੋ। ਐਂਡ ਅਸੀਂ ਪੂਰੀ ਕੋਸ਼ਿਸ਼ ਕੀਤੀ, ਆਪਣੇ ਵੱਲੋਂ ਬੈਸਟ ਕੀਤਾ, ਪ੍ਰੋਫਾਈਲ ਇਜ਼ ਕੁਆਈਟ ਗੁੱਡ, ਇਹਨਾਂ ਕੋਲ ਫੰਡ ਵੀ ਸੀਗੇ ਅਪਰੋਕਸੀਮੇਟਲੀ 7 ਲੱਖ ਦੇ ਕਰੀਬ ਐਂਡ ITR ਵੀ ਕਾਫੀ ਅੱਛੇ ਭਰਦੇ ਸੀਗੇ। ਸੋ ਅੱਜ ਪਰਮਾਤਮਾ ਦੀ ਕਿਰਪਾ ਵੀਜ਼ਾ ਸਟੈਂਪ ਹੋ ਕੇ ਆ ਗਿਆ। ਬਾਕੀ ਗੱਲਾਂ ਆਪਾਂ ਸਾਂਝੀਆਂ ਕਰਦੇ ਹਾਂ ਸਿੰਘ ਸਾਹਿਬ ਨਾਲ। ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਤੁਹਾਡੇ ਵੀਜ਼ੇ ਦੀਆਂ। ਬਹੁਤ ਬਹੁਤ ਥੈਂਕ ਯੂ ਸਰ। ਕਿਵੇਂ ਰਿਹਾ ਐਕਸਪੀਰੀਅੰਸ ਸਰ? ਬਹੁਤ ਵਧੀਆ ਰਿਹਾ ਜੀ, ਬਹੁਤ ਵਧੀਆ ਐਕਸਪੀਰੀਅੰਸ ਰਿਹਾ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਭਾਜੀ ਨੇ ਚਲੋ ਜਿੱਦਾਂ ਗਾਈਡ ਕਰਿਆ ਉਦਾਂ ਆਪਾਂ ਜਿੱਦਾਂ ਇਹਨਾਂ ਨੇ ਮੇਨਟੇਨ ਕਰਨ ਨੂੰ ਕਿਹਾ, ਬੈਂਕਿੰਗ ਵਗੈਰਾ ਜੋ ਵੀ ਅਸੀਂ ਉਦਾਂ ਕਰਦੇ ਰਹੇ ਤੇ ਇਹਨਾਂ ਨੇ ਸਾਨੂੰ ਹਰ ਮਤਲਬ ਸਟੈਪ 'ਤੇ ਸਾਡੀ ਸਪੋਰਟ ਕਰੀ ਇਹਨਾਂ ਨੇ ਪੂਰੀ, ਹਰ ਚੀਜ਼ ਕੋਈ ਵੀ ਡਾਊਟ ਕੁਛ ਵੀ ਸੀਗਾ ਇਹਨਾਂ ਨਾਲ ਦੇ ਨਾਲ ਕਲੀਅਰ ਕਰਦੇ ਰਹੇ ਆ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਵੀਜ਼ਾ ਹਬ ਟੀਮ ਨਾਲ ਪੂਰੀ ਨਾਲ। ਤੇ ਸਰ, ਜਿਹੜੇ ਲੋਕਾਂ ਨੇ ਹਲੇ ਵੀਜ਼ਾ ਅਪਲਾਈ ਕਰਨਾ ਉਹਨਾਂ ਵਾਸਤੇ ਤੁਹਾਡੇ ਕੀ ਵਿਚਾਰ ਨੇ? ਮੈਂ ਸਰ ਇਹੀ ਕਹੂੰਗਾ ਕਿ ਤੁਸੀਂ ਜਦੋਂ ਵੀ ਵੀਜ਼ਾ ਅਪਲਾਈ ਕਰਨਾ ਇੱਕ ਵਾਰੀ ਆ ਕੇ ਜ਼ਰੂਰ ਮਿਲੋ ਇਹਨਾਂ ਨੂੰ, ਕਿ ਤੁਹਾਨੂੰ ਫਿਰ ਡਿਫਰੈਂਸ ਪਤਾ ਲੱਗ ਜਾਏਗਾ। ਹਾਂ, ਤੁਸੀਂ ਬਾਕੀ ਹੋਰਾਂ ਕੋਲੇ ਵੀ ਜਾਓ, ਜੇ ਹੋਰਾਂ ਕੋਲੇ ਜਾਓਗੇ ਨਹੀਂ ਤਾਂ ਤੁਹਾਨੂੰ ਪਤਾ ਕੀ ਲੱਗਣਾ ਵੀ ਇਹਨਾਂ ਦੇ ਉਹਨਾਂ ਦੇ ਡਿਫਰੈਂਸ ਕੀ ਹੈ। ਬਿਲਕੁਲ, ਇਸ ਕਰਕੇ ਤੁਸੀਂ ਜਾਓ ਜ਼ਰੂਰ, 4 ਨੂੰ 5 ਨੂੰ ਮਿਲੋ, ਪਰ ਇਹਨਾਂ ਨੂੰ ਵੀ ਜ਼ਰੂਰ ਮਿਲੋ ਇੱਕ ਵਾਰੀ, ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ। ਜੇ ਤੁਸੀਂ 2 ਬੰਦਿਆਂ ਨੂੰ ਵੀ ਮਿਲ ਕੇ ਆਉਂਦੇ ਤੁਹਾਨੂੰ ਇਹਨਾਂ ਨਾਲ ਮਿਲੋਗੇ ਤੁਹਾਨੂੰ ਆਪੇ ਡਿਫਰੈਂਸ ਪਤਾ ਲੱਗ ਜੂਗਾ ਕੀ ਆ ਤੇ ਬਹੁਤ ਵਧੀਆ ਬੜੀ ਇਹਨਾਂ ਦੀ ਡੈਡੀਕੇਟਡ ਟੀਮ ਆ। ਰਣਜੀਤ ਸਰ ਖੁਦ ਹਰ ਵੇਲੇ ਜਦੋਂ ਮੇਰਾ ਜਿਸ ਦਿਨ ਮੈਨੂੰ ਮੇਲ ਆਈ ਆ PPR ਦੀ, ਉਸ ਦਿਨ ਮੈਂ ਇਹਨਾਂ ਨੂੰ ਅਪਰੋਕਸੀਮੇਟ 11 ਵਜੇ ਰਾਤ ਨੂੰ ਮੈਂ ਇਹਨਾਂ ਨੂੰ ਕਾਲ ਕਰਿਆ, ਮੈਸੇਜ ਕਰਿਆ ਤੇ ਇਹਨਾਂ ਨੇ ਉਸੇ ਟਾਈਮ ਰਿਪਲਾਈ ਦਿੱਤਾ ਮੈਨੂੰ ਤੇ ਥੈਂਕ ਯੂ ਭਾਜੀ ਦਾ, ਬਹੁਤ ਸਪੋਰਟ ਰਹੀ ਇਹਨਾਂ ਦੀ ਹੁਣ ਤੱਕ। ਥੈਂਕ ਯੂ ਸੋ ਮਚ ਸਰ। ਅੱਗੇ ਵੀ ਮੈਂ ਪਰਮਾਤਮਾ ਅੱਗੇ ਅਰਦਾਸ ਕਰਨਾ ਵੀ ਇਹਨਾਂ ਦੀ ਟੀਮ ਇੱਦਾਂ ਹੀ ਅੱਗੇ ਤੋਂ ਅੱਗੇ ਤਰੱਕੀਆਂ ਕਰਦੀ ਰਹੇ, ਬਹੁਤ ਵਧੀਆ ਨਾਮ ਬਣੇ ਵੀਜ਼ਾ ਹਬ ਦਾ। ਥੈਂਕ ਯੂ ਸੋ ਮਚ ਸਰ, ਐਂਡ ਮੇਰੇ ਵੱਲੋਂ ਪੂਰੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਰ। ਥੈਂਕ ਯੂ ਜੀ। ਥੈਂਕ ਯੂ ਸਰ, ਸ਼ੁਕਰੀਆ।